स्वागत है किसान वीरो तुहाडा सदक डेयरी फार्मिंग दे विच। किसान वीरो अज जिहड़ी वीडियो बना रहे हैं पिंड माला खुरद माला कलां एक पासे है सड़क दे ते दूजे पासे माला खुरद है। बागे पुराने तो मोदकी वाल नूं आउणा होवे जां मोदकी तो बागे पुराने जाणा होवे तां दोस्तो रोड दे दोन्नी पासीं इह पिंड रहि जांदे एक पासे माला खुरद दूजे पासे माला कलां। जिहड़े घर चों वीडियो बना रहे हैं दोस्तों शौक वजों पशु बाई दे रखे हुए आ दुध जिहड़ा उह घरे पीण वास्ते गावां तुसीं देखोगे क्रॉस ब्रीड च ज़्यादा बाई कोल ते इदां दीआं गावां तों मैं कहिंदा हुंदा वी जर्सी जे तुसीं तैयार करनी है तां तुसीं कर सकदे हो। जिवें तुहानूं इत्थे बैठियां गावां तों ज़्यादा पक्ष तुहानूं जर्सी वाले पक्ष दा लगेगा सो इहनां तों जर्सी तैयार हो सकदी है। पर अज जिहड़ी वीडियो बनाउणी उहदे च इक क्रॉस ब्रीड गां वड्डी गां क्रॉस ब्रीड च ਇਹ ਵਿਕਾਊ ਹੈ। ਖਾਸ ਗੱਲ ਇਹ ਰਹੂਗੀ ਵੀ ਇਹਨੂੰ ਧੁੱਪੇ ਵੀ ਬੰਨ ਦਿਓਗੇ ਤਾਂ ਗਰਮੀ ਨਹੀਂ ਮਨਾਊਗੀ ਜਿਹੜਾ ਮੈਨੂੰ ਲੱਗਦਾ ਦੇਖਣ 'ਚ। ਗਾਵਾਂ ਤੁਸੀਂ ਹਾਲਾਂਕਿ ਧੁੱਪੇ ਵੱਧੀਆਂ ਦੇਖੋਗੇ ਹਜੇ ਤਾਂ ਮੌਸਮ ਵੀ ਵੈਸੇ ਕੁਛ ਸੈੱਟ ਆ ਪਰ ਇਹ ਕੋਈ ਬਹੁਤੀ ਗਰਮੀ ਮਨਾਉਂਦੀਆਂ ਨਹੀਂ ਕਿਉਂਕਿ ਬਰੀਡ ਜਿਹੜੀ ਬਾਈ ਕੋਲੋਂ ਕ੍ਰੋਸ ਹੈ ਐਚ ਐਫ ਦੀ ਕ੍ਰੋਸ ਬਰੀਡ ਹੈ ਸੋ ਇਹਨਾਂ ਦੇ ਵਿੱਚੋਂ ਹੀ ਇਹ ਗਾਂ ਵਿਕਾਊ ਆ। ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲੈਂਦੇ ਹਾਂ ਵੀਡੀਓ ਨੈਂਡ ਤੱਕ ਦੇਖੋ। ਕੱਚੀ ਹੈ ਗਾਂ ਹਜੇ ਦਿਨ ਲੈਂਦੀ ਹੈ ਜਿਹਨੂੰ ਪਸੰਦ ਆਜੂਗੀ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ। ਨੰਬਰ ਬਾਈ ਦਾ ਮੈਂ ਸਕਰੀਨ 'ਤੇ ਚਲਾ ਦੇਣਾ ਸੋ ਆਓ ਵੀਰ ਨਾਲ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ ਕੀ ਹੈ? ਬੋੜ ਸਿੰਘ ਜੀ। ਠੀਕ ਹੈ ਬੋੜ ਬਾਈ ਪਸ਼ੂ ਜਿਹੜੇ ਆ ਫਿਰ ਦੁੱਧ ਵਾਸਤੇ ਰੱਖਦੇ ਹੋ ਘਰ ਦੇ ਵਿੱਚ ਹਨਾ? ਹਾਂਜੀ ਹਾਂਜੀ ਹਾਂਜੀ। ਜਿਹੜੀ ਗਾਂ 'ਚ ਵਿਕਾਊ ਕੀਤੀ ਹੈ ਜੀ ਕਿੰਨਵਾਂ ਸੂਆ? ਇਹ ਚੌਥੇ ਸੂਆ ਸੂਣਾ ਜੀ ਨੇ ਚੌਥੇ ਘਰ ਦੀ ਗਾਂ ਤੇ ਚੌਥਾ ਸੂਆ ਸੂਣਾ। ਹਾਂਜੀ ਹਾਂਜੀ ਠੀਕ ਹੈ। ਦਿਨ ਕਿੰਨੇ ਕੁ ਲੈ ਜੂ ਬਾਈ? ਦਿਨ ਲੈ ਜੂ ਪੰਜ ਚਾਰ ਦਿਨ ਲੈ ਜੂਗੀ। ਹਾਂਜੀ ਪੰਜ ਸੱਤ ਲੈ ਜੇ ਛੇ ਸੱਤ ਲੈ ਜੇ। ਠੀਕ ਹੈ। ਦੁੱਧ ਕਿੰਨਾ ਕੁ ਦਿੰਦੀ ਰਹੀ ਤੀਜੇ ਸੂਏ? ਦੁੱਧ 18 ਤੋਂ 20 ਕਿਲੋ ਦੇ ਦਿੰਦੀ ਆ। 18 19 ਕਿਲੋ ਤੀਜੇ ਸੂਏ ਚੋਇਆ ਇਹਦਾ? ਹਾਂਜੀ ਹਾਂਜੀ ਠੀਕ ਹੈ ਬਾਈ। ਅੱਛਾ ਰੇਟ ਇਹਦਾ ਕੀ ਰੱਖਿਆ? ਰੇਟ 48000 ਰੁਪਇਆ ਰੱਖਿਆ ਹੈ ਜੀ। 48000। ਹਾਂਜੀ ਠੀਕ ਹੈ। ਅੱਛਾ ਇਹਦੇ ਟੀਕਾ ਕੁਛ ਪਤਾ ਕਿਹੜਾ ਭਰਿਆ ਹੋਇਆ? 50053 ਸਾਡਾ ਬੇਟਾ ਸਾਡਾ ਸੀ ਉਹ ਬਾਹਰ ਉੱਠ ਗਿਆ। ਅੱਛਾ ਉਹਨਾਂ ਰਖਾਏ ਸੀ ਇਹੀ? ਠੀਕ ਹੈ। ਤਾਂ ਮੈਂ ਤਾਂ ਖੇਤੀ ਖੁੱਤੀ ਕਰਦੇ ਵਾਲੇ ਉਹੀ ਬੇਟਾ ਸੀ ਉਹ ਬਾਹਰ ਉੱਠ ਗਿਆ। ਅੱਛਾ ਠੀਕ ਹੈ। ਤਾਂ ਅਸੀਂ ਪਸ਼ੂ ਕੱਟਣ ਲੱਗੇ ਆ ਘਟਾਉਣ ਲੱਗੇ ਆ। ਠੀਕ ਹੈ। ਦੋਸਤੋ ਡੈਨ ਮਾਰਕ 50053 ਦਾ ਸੀਮਨ ਲੱਗਾ 5 ਤੋਂ 7 ਦਿਨ ਲਊਗੀ 18 ਤੋਂ 20 ਕਿਲੋ ਦੇ ਵਿੱਚ ਯਾਨੀ 18 19 ਕਿਲੋ ਦੁੱਧ ਇਹਦਾ ਚੋਇਆ। ਰੇਟ 48000 ਮਾਨਤਾਨ ਮੌਕੇ ਤੇ ਹੋਊਗਾ। ਵੱਡੀ ਗਾਂ ਕ੍ਰੋਸ ਬਰੀਡ ਹੈ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ। ਖੋਲੋ ਬਾਈ ਇਹਨੂੰ ਮੜੇ। ਇਹਨਾਂ ਦੇ ਵੀ ਦੋਸਤੋ ਪਤਾ ਲੱਗਾ ਜੋ ਗੱਲਾਂ ਬਾਤਾਂ ਕੇ ਕਰਦੇ ਆ। ਦੋ ਬੇਟੇ ਦੋਨੇ ਕੈਨੇਡਾ ਦੇ ਵਿੱਚ ਸੋ ਘਰ ਘਰ ਦੇ ਵਿੱਚ ਕਹਾਣੀ ਇਹੀ ਹੈ। ਇਹੀ ਕਾਰਨ ਆ ਵੀ ਪਸ਼ੂ ਜਿਹੜੇ ਉਹ ਬਾਈ ਜੀ ਹੋਰੀ ਹੁਣ ਘਟਾ ਰਹੇ ਆ। ਚੰਗਾ ਹਵਾਨਾ ਬਣਾਊਗੀ ਥਣ ਬਹੁਤ ਸੋਹਣੇ ਆ ਪਰ ਹਵਾਨੇ 'ਚ ਢਿੱਲ ਬਹੁਤ ਪਈ ਆ ਜੇ 5 ਤੋਂ 7 ਦਿਨ ਦੋਸਤੋ ਲੈਂਦੀ ਹੈ। ਕ੍ਰੋਸ ਬਰੀਡ ਗਾਂ ਵੱਡੇ ਢਾਂਚੇ ਦੀ 48000 ਡਿਮਾਂਡ। ਪਸੰਦ ਆਵੇ ਤਾਂ ਕਾਲ ਤੁਸੀਂ ਕਰ ਲਿਓ। ਡੈਨਮਾਰਕ 50053 ਦਾ ਸੀਮਨ ਇਸ ਵੈਡ ਦੇ ਲੱਗਾ ਇਸ ਗਾਂ ਦੇ ਲੱਗਾ। ਸੋ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ। ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਉੱਤੇ ਚੱਲ ਰਿਹਾ ਕਾਲ ਉਸ ਨੰਬਰ 'ਤੇ ਕਰਨੀ ਹੈ। ਤਸੱਲੀ ਬਾਰੇ ਮੈਂ ਪਹਿਲਾਂ ਹੀ ਕਹਿ ਦਿੰਦਾ ਹੁੰਦਾ ਵੀ ਜਿਹੜਾ ਵੀ ਪਸ਼ੂ ਖਰੀਦਣਾ ਆ ਕੇ ਪਸੰਦ ਕਰਿਆ ਕਰੋ। ਸਾਹਮਣੇ ਖੜ੍ਹ ਕੇ ਪਸੰਦ ਉਸ ਪਸ਼ੂ ਨੂੰ ਕਰਿਆ ਕਰੋ। ਸੋ ਕ੍ਰੋਸ ਬਰੀਡ 'ਚ ਗਾਂ ਦੋਸਤੋ ਚੰਗੇ ਦੁੱਧ ਵਾਲੀ। ਧੰਨਵਾਦ ਵੀਡੀਓ ਦੇਖਣ ਲਈ।